ਜਦੋਂ ਮੋਦੀ ਜੀ ਪਹਿਲੀ ਵਾਰ ਜਿੱਤੇ, ਦੇਖੋ ਅੱਤ ਦਾ ਤੇ ਖੁਦਾ ਦਾ ਵੈਰ ਹੈ, ਜਦੋਂ ਮੋਦੀ ਜੀ ਪਹਿਲੀ ਵਾਰ ਜਿੱਤੇ 2014 ਚ, ਤੁਹਾਨੂੰ ਨੇ ਪਾਰਲੀਮੈਂਟ ਚ ਪਹਿਲੀ ਭਾਸ਼ਣ ਦਿੱਤਾ ਗੋਇਲ ਸਾਹਿਬ, ਉਹਦੇ ਵਿੱਚ ਬਹੁਤ ਹੰਕਾਰ ਸੀ ਭਾਸ਼ਣ ਚ, ਕੀ ਕਹਿੰਦੇ ਕਹਿੰਦੇ ਕਾਂਗਰਸ ਤੋਂ 44 ਸੀਟੋਂ ਤੱਕ ਸਿਮਟ ਗਈ ਹੈ, ਕਾਂਗਰਸ ਵਾਲੇ ਤੋਂ ਚਾਹੇ ਤੋ ਇੱਕ ਮਿੰਨੀ ਬੱਸ ਮੇ ਬੈਠ ਕਰ ਵੀ ਪਾਰਲੀਮੈਂਟ ਆ ਸਕਤੇ ਹੈ, ਹਮੇ ਕੋਈ ਐਤਰਾਜ ਨਹੀਂ ਹੋਗਾ। ਦੇਖੋ ਇਹ ਹੰਕਾਰ ਹੈ, ਲੋਕਤੰਤਰ ਹੈ ਜੀ, ਹਾਰਾਂ ਜਿੱਤਾਂ ਚੱਲਦੀਆਂ ਰਹਿੰਦੀਆਂ ਨੇ, ਕੋਈ ਪੱਕਾ ਨਹੀਂ ਹੈਗਾ ਇੱਥੇ। ਪਰ ਮੋਦੀ ਜੀ ਨੂੰ ਇਹ ਪਤਾ ਨਹੀਂ ਸੀ ਵੀ ਇੱਕ ਸਾਲ ਬਾਅਦ ਦਿੱਲੀ ਚ ਵਿਧਾਨ ਸਭਾ ਦੀਆਂ ਵੋਟਾਂ ਪੈ ਗਈਆਂ, 70 ਚੋਂ 67 ਆ ਗਈਆਂ ਆਪ ਦੀਆਂ, ਬੀਜੇਪੀ ਦੀਆਂ 3, ਹੁਣ ਮੈਂ ਕਿਹੜਾ ਘਾਟਾਂ। ਫਿਰ ਅਗਲੇ ਦਿਨ ਪਾਰਲੀਮੈਂਟ ਜਾ ਕੇ ਮੈਂ ਕਹਿਤਾ, ਮੈਂ ਕਿਹਾ ਮੋਦੀ ਜੀ ਤੁਹਾਡੇ ਵਾਲੇ MLA ਭਾਵੇਂ ਸਕੂਟਰ ਤੇ ਆ ਜਾ ਕਰਨ, ਗੁੱਸਾ ਅਸੀਂ ਵੀ ਨਹੀਂ ਕਰਦੇ। ਮੈਂ ਕਿਹਾ ਮੈਂ ਵੀ ਬੋਲਣ ਦਾ ਹੀ ਕੰਮ ਕਰਦਾ ਸੀ, ਮੈਂ ਕਿਹੜਾ ਗੈਸ ਗ੍ਰਾਈਂਡਿੰਗ ਕਰਦਾ ਸੀ। ਫਿਰ ਬੋਲਿਆ ਨੀ ਗਿਆ ਜੀ ਕੋਈ, ਤੇ ਹੁਣ ਤੁਹਾਨੂੰ ਮੈਂ ਗੁਰੂ ਤੇਗ ਬਹਾਦਰ ਕਲੋਨੀ ਵਾਲੇ, ਹੁਣ ਤੁਹਾਨੂੰ ਮੈਂ ਇੱਕ ਹੋਰ ਖੁਸ਼ਖਬਰੀ ਦੱਸਦਾ, ਕਿਉਂਕਿ ਮੈਂ ਦਿੱਲੀ ਰਹਿਣਾ, ਜਦੋਂ ਪਾਰਲੀਮੈਂਟ ਹੁੰਦੀ ਹੈ ਦਿੱਲੀ ਚ, ਤੁਸੀਂ ਆਟੋ ਵਾਲੇ ਨਾਲ ਮਿਲ ਲਏ, ਕਦੇ ਟੈਕਸੀ ਵਾਲੇ ਨਾਲ ਮਿਲ ਲਏ, ਹੁਣ ਵੀ ਦਿੱਲੀ, ਕਦੇ ਛਤਰਪੁਰ ਜਾ ਕੇ ਆਇਆ, ਕੱਲ ਮੈਂ ਰੋਲੀ ਜਾ ਕੇ ਆਇਆ, ਅੱਜ ਵੀ ਇੱਥੋਂ ਸੁਲਤਾਨਪੁਰੀ ਤੋਂ ਆਇਆ, ਸਾਰੇ ਜਾਂਦੇ ਹਾਂ। ਮੈਂ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੱਸ ਦਿੰਦਾ, ਅੱਗੇ ਗੱਲ ਨਾ ਕਰ ਦਿਓ, ਬਸ ਐਤਕੀ ਸਕੂਟਰ ਵੀ ਗਿਆ ਇਹਨਾਂ ਦਾ, ਸਕੂਟਰ ਤੋਂ ਵੀ ਗਏ, ਕਰਤੂਤਾਂ ਕਰਕੇ ਗਏ ਨੇ, ਮੇਰੇ ਕਰਕੇ ਨਹੀਂ। ਸੁਵੀਰ ਪਬਲਿਕ ਹੈ, ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਲੋਕ ਜਦੋਂ ਚਾਹੁਣ ਬੰਦਾ ਅਰਸ਼ ਤੇ, ਉੱਥੇ ਜਾ ਕੇ ਹੰਕਾਰ ਕਰਨ ਲੱਗ ਜਾਏ ਮੋਦੀ ਹੋਰਾਂ ਵਾਂਗੂ, ਲੋਕ ਕਹਿੰਦੇ ਆ ਜਾ ਕਾਕਾ ਫਰਸ਼ ਤੇ। ਵੱਡੇ ਵੱਡੇ ਲਾਹੇ ਆ ਜੀ, ਵੱਡੇ ਵੱਡੇ ਲਾਹੇ ਆ, ਪੰਜਾ ਸਾਲ ਤੋਂ ਰਿਟਾਇਰ ਕਰ ਦਿੰਦੇ, ਸੈਂਟਰ ਵਾਲੇ 60 ਤੇ ਕਰ ਦਿੰਦੇ, ਇਹ ਰਿਟਾਇਰ ਹੀ ਨਹੀਂ ਹੁੰਦੇ। ਪ੍ਰਕਾਸ਼ ਸਿੰਘ ਬਾਦਲ 93 ਸਾਲ ਦਾ ਹੋ ਗਿਆ, ਚਾਰ ਜਾਣੇ ਇੱਧਰੋਂ ਫੜਦੇ ਉਹਨੂੰ, ਗੋਇਲ ਸਾਹਿਬ ਚਾਰ ਜਾਣੇ ਇੱਧਰੋਂ ਫੜਦੇ ਆ, ਐਂ ਚੜਾਉਂਦੇ ਆ ਸਟੇਜ ਤੇ, ਜਾਣ ਸਾਰ ਕਹਿੰਦਾ ਇੱਕ ਮੌਕਾ ਹੋਰ ਦਿਓ, ਸੇਵਾ ਕਰਾਂਗੇ। ਉਹ ਮੈਂ ਕਿਹਾ ਬਾਬਾ ਸੇਵਾ ਕਰਾਉਣ ਦਾ ਟਾਈਮ ਹੈ ਤੇਰਾ, ਉਹ ਬਸ ਕਰ, ਤੇਰੇ ਹਾਂ ਦੇ ਦਰਖਤ ਵੀ ਸੁੱਕ ਗਏ ਪੰਜਾਬ ਚੋਂ, ਹੜਦੀ ਪਿੱਪਲ ਦੇ ਪੱਤਿਆਂ ਨੇ, ਪਿੱਪਲ ਦੇ ਪੱਤਿਆਂ ਨੇ ਕਾਦੀ ਖੜ 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 ਲਾਈ ਹੈ, ਪੱਤ ਝੜ ਗਏ ਪੁਰਾਣੇ ਬਾਦਲ ਸਾਹਿਬ ਰੁੱਤ ਨਵੇਂ ਦੀ ਆਈ ਹੈ। ਸੋ ਵੀਰੋ ਇਹ ਪਰਮਾਤਮਾ ਨਾਲ ਸਜ਼ਾ ਦੇਊਗਾ, ਸੋ ਇਹਨਾਂ ਤੇ ਕੀ ਕਾਂਗਰਸ ਤੋਂ ਮੈਸੀ ਇੱਥੇ ਦਿੱਲੀ ਚ ਤਾਂ ਵਿਚਾਰਾ ਮਤਲਬ ਹੈ, ਉਹ ਤਾਂ ਹੈ ਹੀ ਨਹੀਂ। ਕਾਂਗਰਸ ਦੀ ਹਾਲਤ ਤਾਂ ਦਿੱਲੀ ਚ ਹੈ, ਕਿ ਜਦੋਂ ਕੋਈ 70-80 ਸਾਲ ਦਾ ਆਪਣਾ ਬਜ਼ੁਰਗ ਜਿਹਨੂੰ ਡਾਕਟਰ ਕਹਿੰਦੇ ਨੇ ਭਾਈ ਘਰੇ ਲਿਜਾ ਕੇ ਸੇਵਾ ਕਰ ਲਓ, ਹੁਣ ਤਾਂ ਸੇਵਾ ਸੂਬੇ ਕਰਦੇ ਨੇ, ਹੋਰ ਤਾਂ ਹੈ ਨਹੀਂ, ਹੈ ਨੀ। ਕਦੇ ਕਹਿੰਦੇ ਨੇ ਅੱਜ ਘੋਰੜੂ ਜਾਂ ਬੋਲੂ, ਕਦੇ ਕਹਿੰਦੇ ਨੇ ਅੱਜ ਬੋਲੂ, ਆਹੀ ਹਾਲ ਬੀਜੇਪੀ ਦਾ, ਹੰਕਾਰ ਹੈ ਬੀਜੇਪੀ ਚ। ਤੁਸੀਂ ਕਦੇ ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਤੁਰਦੇ ਦੇਖੋ, ਉਹਨਾਂ ਦੀ ਤੋਰ ਦੇ ਵਿੱਚ ਹੰਕਾਰ ਹੈ। ਅਸੀਂ ਤਾਂ ਰੋਜ਼ ਹਰ ਰੋਜ਼ ਮੀਟਿੰਗਾਂ ਮੋਟਿੰਗਾਂ ਚ ਮਿਲਦੇ ਰਹਿੰਦੇ ਹਾਂ, ਉਹਨਾਂ ਦੀ ਤੋਰ ਦੇ ਵਿੱਚ ਡਿਕਟੇਟਰਸ਼ਿਪ ਹੈ, ਕਿਵੇਂ ਤੁਰਦੇ ਆ ਦੋਨੇ ਆਏ। ਇੱਕ ਦਿਨ ਮੋਦੀ ਸਾਹਿਬ ਇੱਕ ਮੀਟਿੰਗ ਚ ਮੇਰੇ ਵੱਲ ਆਏ ਹੋਣ, ਮੈਂ ਕਿਹਾ ਮੋਦੀ ਸਾਹਿਬ ਕਬੱਡੀ ਪਾਉਣ ਆਉਂਦੇ, ਕੁਛ ਆਰਾਮ ਨਾਲ ਆ ਜਾਓ ਯਾਰ, ਕੀ ਗੱਲ ਹੈ, ਲੁੱਟ ਕੇ ਖਾਏ। 70 ਸਾਲ ਹੋ ਗਏ, 5-5 ਸਾਲ ਦੀਆਂ ਬਾਰੀਆਂ ਬਣੀਆਂ, 5 ਸਾਲ ਤੂੰ 5 ਸਾਲ ਮੈਂ, ਜੇ ਤੂੰ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਬਾਰੀਆਂ ਬਣੀਆਂ ਬਸ ਆਪਸ ਰਲੇ ਹੋਏ ਨੇ। ਜਦੋਂ 15 ਅਗਸਤ ਆਉਂਦੀ ਹੈ ਤਾਂ ਜਿਹੜਾ ਵੀ ਪ੍ਰਧਾਨ ਮੰਤਰੀ ਹੁੰਦਾ ਉਹ ਲਾਲ ਕਿਲੇ ਤੋਂ ਭਾਸ਼ਣ ਦਿੰਦਾ ਝੰਡਾ ਲਹਿਰਾ,
ਜਦੋਂ ਦੀ ਮੈਂ ਸੁਰਤ ਸੰਭਾਲੀ ਹੈ, ਹੋਸ਼ ਸੰਭਾਲੀ ਹੈ, ਤਾਂ ਮੈਂ ਵੀ ਟੀਵੀ ਤੇ ਦੇਖਦਾ ਹੁੰਦਾ ਸੀ ਵੀ ਕੀ ਕਹਿੰਦਾ ਪ੍ਰਧਾਨ ਮੰਤਰੀ। ਉਹੀ ਭਾਸ਼ਣ ਚੱਲੀ ਜਾਂਦਾ ਜੀ, ਭਾਸ਼ਣ ਨੀ ਬਦਲਿਆ, ਅਫਸਰ ਭਾਸ਼ਣ ਲਿਖ ਕੇ ਦਿੰਦੇ ਨੇ ਉਹੀ ਭਾਸ਼ਣ ਹੈ। ਮਹਿੰਗਾਈ ਤੇ ਚਿੰਤਾ ਪ੍ਰਗਟ, ਗਰੀਬੀ ਤੇ ਹੋਰ ਥੋੜੀ ਜਿਹੀ ਜ਼ਿਆਦਾ ਚਿੰਤਾ ਪ੍ਰਗਟ, ਅੱਤਵਾਦ ਤੇ ਸਭ ਤੋਂ ਜ਼ਿਆਦਾ ਚਿੰਤਾ ਪ੍ਰਗਟ। ਉਦੋਂ ਕਹਿੰਦੇ ਧੰਨਵਾਦ ਇਹ ਸੀ 15 ਅਗਸਤ। ਉਹ ਮੇਰੇ ਦੇਸ਼ ਮੈਂ ਪਾਰਲੀਮੈਂਟ ਚ ਬੋਲੀ ਇਹ ਗੱਲ, ਉਹ ਮੈਂ ਕਿਹਾ ਮੇਰੇ ਦੇਸ਼ ਦੇ ਵਾਰਸੋ, ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋ ਗਏ ਹੋਣਗੇ। ਘੱਟੋ ਘੱਟ ਤੇ ਸਾਡੀ ਕਿਸਮਤ ਨੀ ਬਦਲ ਸਕਦਾ, ਭਾਸ਼ਣ ਤਾਂ ਬਦਲ ਲਓ। ਭਾਸ਼ਣ ਵੀ ਉਹੀ ਚੱਲੀ ਜਾਂਦਾ ਜੀ, ਕਿਉਂ ਬਦਲਣ ਲੱਗ ਪਈ ਆ ਜਾਂਦੀ ਹੈ ਵਾਰੀ। ਆਪਣੇ ਕੋਲੇ ਕੋਈ ਰਾਹ ਨਹੀਂ ਸੀ, ਹੁਣ ਤੀਜਾ ਰਾਹ ਖੋਲਿਆ ਅਰਵਿੰਦ ਕੇਜਰੀਵਾਲ ਨੇ, ਤੀਜਾ ਰਾਹ ਖੋਲਿਆ। ਹੁਣ ਨੀ ਹੈਗਾ ਕਿ ਇਹਨਾਂ ਨੂੰ ਇੱਕ ਨੂੰ ਪਾਉਣੀ ਪਾਉਣੀ ਬੋਲ। ਸੋ ਗੁਰੂ ਆਹ ਜਿਹੜਾ ਤੁਹਾਡਾ ਪਿਆਰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। ਮੈਂ ਪਿਛਲੀ ਵਾਰ ਵੀ ਆਇਆ ਸੀ ਜਿਸ ਤਰ੍ਹਾਂ ਕਿਹਾ ਕਿ ਮੈਨੂੰ ਜਦੋਂ ਪਾਰਲੀਮੈਂਟ ਚ ਮੌਕਾ ਮਿਲਦਾ ਤਾਂ ਮੈਂ ਉੱਥੇ ਵੀ ਇਹੀ ਗੱਲ ਕਹਿਣਾ ਹੁੰਦਾ, ਮੈਂ ਪਾਰਲੀਮੈਂਟ ਚ ਬੋਲਿਆ ਹੁਣ ਕੋਈ ਸੰਸਕ੍ਰਿਤੀ ਯੂਨੀਵਰਸਿਟੀ ਬਣਾ ਰਹੇ ਹੈ ਸੈਂਟਰ, ਮੈਂ ਕਿਹਾ ਵੀ ਬਣਾਓ ਸੰਸਕ੍ਰਿਤੀ, ਪਰ ਸਾਡੀ ਪੰਜਾਬੀ ਬੋਲੀ ਨੂੰ ਜਿਹੜਾ ਉਹਨੂੰ ਨਹੀਂ ਤੁਸੀਂ ਦਰਕਿਨਾਰ ਕਰੋ। ਸਾਡੀ ਮਾਂ ਬੋਲੀ ਪੰਜਾਬੀ, ਉਹਨੂੰ ਤੁਸੀਂ ਦਰਕਿਨਾਰ ਨਾ ਕਰੋ। ਪੰਜਾਬੀ ਯੂਨੀਵਰਸਿਟੀ ਪਟਿਆਲੇ ਖੋਲੀ ਸੀ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ, ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲੇ ਚ ਐਮਏ ਕਰਨ ਵਾਸਤੇ ਸਟੂਡੈਂਟ ਨਹੀਂ ਲੱਭ ਰਹੇ, ਪੰਜਾਬੀ ਦੀ ਐਮਏ, ਪੰਜਾਬੀ ਦੀ ਐਮਏ ਨਹੀਂ ਕਰ ਰਿਹਾ ਕੋਈ। ਦੱਸੋ ਜੀ ਠੰਡਾ ਨੂੰ ਤਰਸਦੀ ਹੈ ਯੂਨੀਵਰਸਿਟੀ। ਫਿਰ ਮੈਂ ਉੱਥੇ ਮੈਂ ਕਿਹਾ ਪੂਰੀ ਦੁਨੀਆਂ ਚ ਪੰਜਾਬੀ ਵੱਸਦੇ ਆ, ਵੈਨਕੂਵਰ ਦੇ ਟੋਰਾਂਟੋ ਦੇ ਏਅਰਪੋਰਟ ਤੇ ਉਤਰੋਗੇ, ਤਿੰਨ ਭਾਸ਼ਾਵਾਂ ਲਿਖੀਆਂ ਹੋਈਆਂ ਨੇ, ਫ੍ਰੈਂਚ, ਇੰਗਲਿਸ਼ ਤੇ ਪੰਜਾਬੀ। ਪੰਜਾਬੀ ਚ ਲਿਖਿਆ ਹੋਇਆ ਵੈਨਕੂਵਰ ਦੇ ਏਅਰਪੋਰਟ ਤੇ ਪਹੁੰਚਣ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ, ਤੇ ਚੰਡੀਗੜ੍ਹ ਲਿਖਿਆ ਨਹੀਂ ਹੋਇਆ ਜੀ, ਚੰਡੀਗੜ੍ਹ ISBT ਲਿਖਿਆ। ਮੈਂ ਕਿਹਾ ਬਸ ਸਾਡਾ ਲਿਖਣ ਤੇ ਕਿੰਨਾ ਕਿੰਨੀ ਕੁ ਸਿਆਹੀ ਲੱਗਦੀ ਹੈ, ਸਾਨੂੰ ਕੀ ਪਤਾ ISBT ਕੀ ਹੁੰਦਾ। ਸੋ ਵੀਰੋ ਜਾਣ ਬੁੱਝ ਕੇ ਸਾਡੀ ਭਾਸ਼ਾ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ, ਸਾਡੀ ਭਾਸ਼ਾ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ। ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ, ਜਿਹੜੀ ਮਰਜ਼ੀ ਭਾਸ਼ਾ ਪੜ੍ਹਾਓ ਬੱਚਿਆਂ ਨੂੰ ਕੋਈ ਗੱਲ ਨਹੀਂ, ਪਰ ਪੰਜਾਬੀ ਦੀ ਕੀਮਤ ਤੇ ਨਾ ਪੜ੍ਹਾਓ, ਉਹਨਾਂ ਨੂੰ ਊੜਾ ਆੜਾ ਵੀ ਸਿਖਾਉਣਾ। ਖੁਸ਼ੀ ਹੈ ਗੁਰੂ ਘਰ ਦੇ ਸਾਹਮਣੇ ਖੜੇ ਆ, ਮੈਂ ਝੂਠ ਨਹੀਂ ਬੋਲਦਾ। ਵੀਰੋ ਮੈਨੂੰ ਦੁਬਾਰਾ ਸੰਗਰੂਰ ਤੋਂ ਲੋਕਾਂ ਨੇ ਜਿਤਾ ਕੇ ਪਾਰਲੀਮੈਂਟ ਚ ਭੇਜਿਆ, ਉਹਨਾਂ ਨੇ ਮੇਰੇ ਵੀ ਕੰਮ ਦੇਖੇ ਹੋਣਗੇ, ਕਿਉਂਕਿ ਇਦੋਂ ਪਹਿਲਾਂ ਪੰਜਾਬ ਵੱਲੋਂ ਕੋਈ ਬੋਲਿਆ ਹੀ ਨਹੀਂ, ਸਾਰੇ ਸੁਣ ਕੇ ਹੀ ਮੁੜ ਜਾਂਦੇ ਸੀ, ਹਾਜ਼ਰੀ ਲਾ ਕੇ ਮੁੜ ਜਾਂਦੇ ਸੀ। ਤੇ ਹੁਣ ਤੁਸੀਂ ਪਾਰਲੀਮੈਂਟ ਚ ਦੇਖਦੇ ਹੋਵੋਗੇ ਕਿ ਜਦੋਂ ਮੇਰੀ ਵਾਰੀ ਆਉਂਦੀ ਹੈ ਤਾਂ ਮੈਂ ਤਾਂ ਕਦੇ ਸੋਚਿਆ ਨਹੀਂ ਸੀ, ਇਹ ਤਾਂ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਲੋਕਾਂ ਨੂੰ ਸ਼ਕਤੀ ਦਿੰਦੀ ਹੈ, ਨਹੀਂ ਤਾਂ ਇਹਨਾਂ ਨੂੰ ਤਾਂ ਪੁੱਤ ਭਤੀਜੇ ਨਹੀਂ ਰੱਜਦੇ। ਮੁੰਡਾ ਆ ਗਿਆ ਜੀ, ਹੁਣ ਪੋਤਾ ਆ ਗਿਆ ਜੀ, ਜੇ ਮੁੰਡਾ ਨਹੀਂ ਹੈਗਾ ਭਤੀਜਾ ਆ ਗਿਆ ਜੀ, ਜੇ ਭਤੀਜਾ ਨਹੀਂ ਹੈਗਾ ਭੂਆ ਆ ਗਈ ਜੀ, ਜੇ ਭੂਆ ਨਹੀਂ ਤਾਂ ਫੱਫੜ ਆ ਗਿਆ, ਰਿਸ਼ਤੇਦਾਰੀ ਨਹੀਂ ਮੁੱਕਦੇ ਇਹਨਾਂ ਦੇ। ਇਹ ਆਮ ਆਦਮੀ ਪਾਰਟੀ ਹੈ ਜਿਹੜੀ ਤੁਹਾਡੇ ਚੋਂ ਲੀਡਰ ਕੱਢਦੀ ਹੈ। ਅੱਜ ਜਿਹੜੇ ਇਹ ਪੋਸਟਰ ਲਾ ਰਹੇ ਨੇ, ਅੱਜ ਜਿਹੜੇ ਇਹ ਨਾਰੇ ਲਾ ਰਹੇ ਨੇ, ਹੋ ਸਕਦਾ ਹੈ ਕੱਲ ਨੂੰ ਇਹਨਾਂ ਚੋਂ ਵੀ ਕੋਈ ਤੁਹਾਡੇ ਚੋਂ ਵਿਧਾਨ ਸਭਾ ਦੀਆਂ ਜਾਂ ਲੋਕ ਸਭਾ ਦੀਆਂ ਪੌੜੀਆਂ ਚੜ੍ਹ ਰਿਹਾ ਹੋਵੇ। ਮੈਂ ਤੁਸੀਂ ਮੈਨੂੰ ਜਾਣਦੇ ਹੋ ਪੰਜਾਬੀ ਭਰਾ, ਮੈਂ ਤਾਂ ਮਸ਼ਹੂਰ ਕਲਾਕਾਰ ਸੀ, ਤੁਸੀਂ ਮੈਨੂੰ ਟੀਵੀ ਤੇ ਦੇਖਿਆ ਹੋਊਗਾ, ਸੀਡੀਆਂ ਚ ਦੇਖਿਆ ਹੋਊਗਾ, ਬਾਹਰਲੇ ਮੁਲਕਾਂ ਸ਼ੋ ਕਰਦੇ ਸੀ, ਆਪਦਾ ਗੁਜ਼ਾਰਾ ਚੱਲ ਰਿਹਾ ਸੀ ਚੰਗਾ ਭਲਾ। ਮੈਨੂੰ ਕੀ ਲੋੜ ਸੀ ਸਰਕਾਰਾਂ ਨਾਲ ਮੱਥਾ ਲਾਉਣ ਦੀ, ਪਰ ਮੇਰੇ ਦਿਲ ਦੇ ਵਿੱਚ ਇੱਕ ਚੀਜ਼ ਅੱਜ ਵੀ ਹੈ ਕਿ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲ੍ਹਿਆਂ ਚ ਅੱਗ ਮੱਚਦੀ ਹੋਵੇ, ਚੁੱਲ੍ਹਿਆਂ ਚੋਂ ਅੱਗ ਬੁੱਝ ਗਈ, ਜਦੋਂ ਚੁੱਲ੍ਹਿਆਂ ਦੀ ਅੱਗ ਮੱਥੀ ਪੈਂਦੀ ਹੋਵੇ ਤੇ ਸਿਵਿਆਂ ਦੀ ਅੱਗ ਸ਼ਮਸ਼ਾਨ ਦੀ ਅੱਗ ਦੀਆਂ ਲਾਟਾਂ ਉੱਚੀਆਂ ਹੋਣ, ਉਦੋਂ ਨਿਕੰਮੀਆਂ ਸਰਕਾਰਾਂ ਦੀ ਨਿਸ਼ਾਨੀ ਹੁੰਦੀ ਹੈ, ਨਿਕੰਮੀਆਂ ਸਰਕਾਰਾਂ ਦੀ। ਉਹਨੂੰ ਪ੍ਰਧਾਨਗੀਆਂ, ਪੈਸਾ, ਯੇ ਦੁਨੀਆਦਾਰੀ ਬਹੁਤ ਛੋਟੀ ਲੱਗਣ ਲੱਗ ਜਾਂਦੀ ਹੈ। ਮੈਂ ਉਹਨਾਂ ਕਿਸਮਤ ਵਾਲਿਆਂ ਚ ਆ ਗਿਆ, ਮੈਥੋਂ ਪਰਮਾਤਮਾ ਨੇ ਇੱਕ ਇਹੋ ਜਿਹਾ ਕੰਮ ਕਰਵਾ ਲਿਆ ਪਾਰਲੀਮੈਂਟ ਚ ਕਿ ਮੈਨੂੰ ਜ਼ਿੰਦਗੀ ਨਾਲੋਂ ਸ਼ੁਕਵੇ ਮਿਟ ਗਏ। ਕਿਵੇਂ, ਕਿਹੜਾ ਕੰਮ ਹੈ,
27 ਦਸੰਬਰ ਨੂੰ ਆਪਾਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਉਂਦੇ ਹਾਂ। ਫਤਿਹਗੜ੍ਹ ਸਾਹਿਬ ਮੱਥਾ ਟੇਕਦੇ ਹਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ। ਤਾਂ ਪਾਰਲੀਮੈਂਟ ਚੱਲ ਰਹੀ ਸੀ 2018 ਚ, ਮੈਂ 26 ਦਸੰਬਰ ਨੂੰ ਕੰਪਿਊਟਰ ਜਿਹੜੇ ਨੇ ਪਾਰਲੀਮੈਂਟ ਦੇ ਐਮ ਪੀਆਂ ਨੂੰ ਉਹਦੇ ਪਾਸਪੋਰਟ ਮਿਲ ਜਾਂਦੇ ਆ, ਮੈਂ ਪਾਸਪੋਰਟ ਪਾ ਕੇ ਚੈੱਕ ਕੀਤਾ ਵੀ ਇਹਨਾਂ ਨੇ ਕਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਦੇ ਵੀ ਸ਼ਰਧਾਂਜਲੀ ਦਿੱਤੀ ਹੈ ਪਾਰਲੀਮੈਂਟ ਚ? ਉੱਥੇ ਆ ਗਿਆ ਨੈਵਰ ਐਵਰ, ਕਦੇ ਵੀ ਨਹੀਂ। ਮਹਿੰਦਰ ਜੀ, ਮਹਿੰਦਰ ਜੀ, ਮੈਂ ਇੱਕ ਅਰਜ਼ੀ ਲਿਖੀ ਆਪਣੇ ਲੈਟਰ ਪੈਡ ਤੇ, ਮੈਂ ਮੈਡਮ ਸੁਮਿਤਰਾ ਮਹਾਜਨ ਕੋਲ ਗਿਆ, ਉਸ ਵੇਲੇ ਸਪੀਕਰ ਸੀ 2018 ਦੀ ਗੱਲ ਕਰ ਰਿਹਾ। ਮੈਂ ਕਿਹਾ ਮੈਡਮ ਕੱਲ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਦਿਵਸ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਦਿਓ। ਉਹ ਕਹਿੰਦੇ ਪਹਿਲੇ ਤੋਂ ਕਦੀ ਦੀ ਨਹੀਂ ਗਈ। ਮੈਨੇ ਕਿਹਾ ਇਹ ਵੀ ਮਾੜੀ ਗੱਲ ਹੈ ਜੀ, ਕਿਉਂ ਨਹੀਂ ਦਿੱਤੀ ਗਈ? ਐਡੀ ਵੱਡੀ ਕੁਰਬਾਨੀ ਲਾਸਾਨੀ ਦੁਨੀਆਂ ਚ ਉਹਦੀ ਮਿਸਾਲ ਨਹੀਂ ਮਿਲਦੀ। 9 ਸਾਲ ਤੇ 7 ਸਾਲ ਦੀ ਉਮਰ ਚ ਕੁਰਬਾਨੀ ਦਿੱਤੀ ਤੇ ਸਿੱਖੀ ਸਿਦਕ ਨਹੀਂ ਹਾਰਿਆ, ਅਡੋਲ ਰਹੇ, ਹੌਸਲਾ ਨਹੀਂ ਹਾਰਿਆ। ਤੇ ਉਹ ਕਹਿੰਦੇ ਦੋ ਕਿਸਮ ਦੀ ਦਿੱਕਤ ਆਏਗੀ ਮਾਨ ਸਾਹਿਬ। ਮੈਂ ਕੀ, ਇੱਕ ਤੋਂ ਆਂਧਰਾ ਪ੍ਰਦੇਸ਼ ਵਾਲੇ ਪਾਰਲੀਮੈਂਟ ਨਹੀਂ ਚੱਲਣ ਦਿੰਦੇ, ਵੋ ਜੈਸੀ ਸਭਾ ਸ਼ੁਰੂ ਹੋਤੀ ਹੈ ਬੈਲ ਮੇ ਆ ਜਾਂਦੇ ਹੈ, ਨਾਰੇ ਲਗਾਤੇ ਮੁਝੇ ਇੱਕ ਮਿੰਟ ਮੇ ਸਭਾ ਉਠਾਨੀ ਪੜਤੀ ਹੈ। ਮੈਂ ਕਿਹਾ ਜੀ ਉਹਨਾਂ ਦੀ ਫਿਕਰ ਨਾ ਕਰੋ, ਉਹਨਾਂ ਨਾਲ ਮੈਂ ਗੱਲ ਕਰ ਲੂੰਗਾ ਜੀ, ਉਹਨਾਂ ਦੀ ਫਿਕਰ ਨਾ ਕਰੋ। ਕਹਿੰਦੇ ਬੀਜੇਪੀ ਵਾਲੇ ਵੀ ਆਤੇ। ਮੈਂ ਕਿਹਾ ਬੀਜੇਪੀ ਵਾਲਿਆਂ ਨੂੰ ਥੋੜਾ ਤੁਸੀਂ ਰੋਕ ਲਿਓ। ਕਹਿੰਦੇ ਚਲੋ ਐਸਾ ਕਰੋ, ਮੁਝੇ ਲਿਖ ਕੇ ਦੋ ਰਿਕਾਰਡ ਪੇ ਕਿਆ ਜਾਣਾ ਚਾਹੀਏ। ਮੈਂ ਲਿਖ ਕੇ ਦਿੱਤਾ ਕਿ 1703 ਈਸਵੀ ਚ ਸੂਬਾ ਸਰਹੰਦ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ 9 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਨੀਹਾਂ ਦੇ ਵਿੱਚ ਚਲਾਤਾ ਸੀ। ਇਹਨਾਂ ਨੂੰ ਸ਼ਰਧਾਂਜਲੀ ਦੇ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਜਾਵੇ ਕਿ ਕਿੱਡੀਆਂ ਵੱਡੀਆਂ ਕੁਰਬਾਨੀਆਂ ਸਿੱਖ ਕੌਮ ਦੀਆਂ ਹੈਗੀਆਂ ਨੇ, ਜਿਹੜੀਆਂ ਸਾਰੀ ਪ੍ਰੇਰਨਾ ਮੈਂ ਦੇ ਵੀਰੋ। ਅਗਲੇ ਦਿਨ ਮੈਂ ਗਿਆ, ਪਹਿਲਾਂ ਉਹਨਾਂ ਨੇ ਦਫ਼ਤਰ ਤੋਂ 1.5 ਘੰਟਾ ਪਹਿਲਾਂ ਚਲਾ ਗਿਆ ਮੈਂ ਆਂਧਰਾ ਪ੍ਰਦੇਸ਼ ਵਾਲਿਆਂ ਦੇ। ਮੈਂ ਕਿਹਾ ਜੀ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ, ਅੱਜ ਸ਼ਰਧਾਂਜਲੀ ਦਿੱਤੀ ਜਾਊਗੀ, ਕਿਰਪਾ ਕਰਕੇ ਤੁਸੀਂ 3-4 ਮਿੰਟ, ਜਿੰਨਾ ਚਿਰ ਸ਼ਰਧਾਂਜਲੀ ਪੂਰੀ ਨਹੀਂ ਹੁੰਦੀ ਤੁਸੀਂ ਬੈਲ ਚਲਾ ਜਾਇਓ, ਤੇ ਉਸ ਤੋਂ ਬਾਅਦ ਮੈਂ ਵੀ ਤੁਹਾਡਾ ਸਾਥ ਦੇ ਦੂੰਗਾ। ਉਹ ਕਹਿੰਦੇ ਕੋਈ ਬਾਤ ਨਹੀਂ ਮਾਨ ਸਾਹਿਬ, ਉਹਨਾਂ ਦੇ ਲੀਡਰ ਨੇ ਕਹਿਤਾ ਕਿ ਜਿਤਨੀ ਦੇਰ ਮਾਨ ਸਾਹਿਬ ਨਹੀਂ ਕਹਿੰਦੇ ਹਮ ਬੈਲ ਮੇ ਨਹੀਂ ਜਾਏਂਗੇ। ਵੀਰੋ 27 ਦਸੰਬਰ 2018 ਨੂੰ ਮੈਨੂੰ ਜ਼ਿੰਦਗੀ ਨੂੰ ਉਹ ਸਕੂਨ ਮਿਲਿਆ, ਭਾਰਤ ਦੀ ਪਾਰਲੀਮੈਂਟ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਪਾਰਲੀਮੈਂਟ ਚੋਂ ਸ਼ਰਧਾਂਜਲੀ ਦਿੱਤੀ ਗਈ। ਹੁਣ ਇਹ ਰਿਕਾਰਡ ਤੇ ਚਲੀ ਗਈ। ਰਿਕਾਰਡ ਤੇ ਜਾਣ ਦਾ ਮਤਲਬ ਕੀ ਹੈ? ਹੁਣ ਫਿਊਚਰ ਦੇ ਵਿੱਚ ਕਿਸੇ ਨੂੰ ਵੀ ਅਰਜ਼ੀ ਦੇਣ ਦੀ ਲੋੜ ਨਹੀਂ। 10,000 ਸਾਲ, 20,000 ਸਾਲ ਤੱਕ ਜਦੋਂ ਤੱਕ ਲੋਕ ਸਭਾ ਚੱਲੂਗੀ, ਹਰ 27 ਦਸੰਬਰ ਨੂੰ ਲੋਕ ਸਭਾ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਹੀ ਸ਼ੁਰੂ ਹੋਇਆ ਕਰੂਗੀ।